ਦੇਸਾਂ ਪ੍ਰਦੇਸਾਂ ਚ ਵਸਦੇ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਖੋਪ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਖੁਸ਼ ਹੋਗੇ ਔਰ ਆਪਣੀ ਲਾਈਫ ਚ ਕਾਮਯਾਬੀ ਲਈ ਆਪਣੀ ਕੋਸ਼ਿਸ਼ ਕਰ ਰਹੇ ਹੋਗੇ ਔਰ ਜੋ ਕਾਮਯਾਬ ਨੇ ਉਹ ਵੀ ਆਪਣੀ ਲਾਈਫ ਚ ਖੁਸ਼ ਹੋਣਗੇ ਤਾਂ ਅੱਜ ਦੇ ਜੋ ਮੇਰੀ ਟਾਪਿਕ ਹੈਗੀ ਹੈ ਉਹ ਹੈ ਕਿ ਮੈਂ ਅਡਿਕਲੀ ਕੁਐਸਚਨ ਪੁੱਛਣਾ ਚਾਹਨੀ ਹਾਂ ਕਿ ਪੰਜਾਬੀ ਬੋਲਣ ਵਾਲੇ ਜਾਂ ਪੰਜਾਬੀ ਮੰਨਣ ਵਾਲੇ ਜਾਂ ਪੰਜਾਬ ਨੂੰ ਬਿਲੋਂਗ ਕਰਨ ਵਾਲੇ ਉਹ ਸਾਰੇ ਹੀ ਲੋਕਾਂ ਕੋਲ ਜੋ ਕਿ ਇਹ ਮੰਨਦੇ ਨੇ ਕਿ ਕੁੜੀਆਂ ਹੀ ਮੁੰਡਿਆਂ ਨੂੰ ਗਲਤ ਕੰਮ ਕਰਨ ਲਈ ਉਕਸਾਉਂਦੀਆਂ ਨੇ ਜਾਂ ਫਿਰ ਕੁੜੀਆਂ ਖੁਦ ਹੀ ਰੀਜ਼ਨ ਹੁੰਦੀਆਂ ਨੇ ਕਿ ਮੁੰਡੇ ਉਹਨਾਂ ਨਾਲ ਉਹਨਾਂ ਨਾਲ ਗਲਤ ਕੰਮ ਕਰਨ ਜਾਂ ਫਿਰ ਉਹਨਾਂ ਲਈ ਗਲਤ ਲੈਂਗੁਏਜ ਯੂਜ਼ ਕਰਨ ਤਾਂ ਉਸ ਚੀਜ਼ ਲਈ ਮੈਂ ਇੱਕ ਕੁਐਸਚਨ ਤੁਹਾਡੇ ਕੋਲੋਂ ਪੁੱਛਦੀ ਆਂ ਕੀ ਪੁਰਾਣੇ ਜ਼ਮਾਨੇ ਦੇ ਵਿੱਚ ਔਰਤ ਐਜੂਕੇਟਿਡ ਨਹੀਂ ਸੀਗੀ ਉਹ ਘਰ ਦਾ ਹੀ ਕੰਮ ਕਰਦੀ ਸੀਗੀ ਔਰ ਬੱਚੇ ਪੈਦਾ ਕਰਨਾ ਪਾਲਣਾ ਪੋਸਣਾ ਔਰ ਉਹਨਾਂ ਨੂੰ ਰੋਟੀ ਪਾਣੀ ਬਣਾ ਕੇ ਦੇਣਾ ਆਪਣੀ ਫੈਮਿਲੀ ਦੇ ਝਾੜੂ ਪੋਚਾ ਲਗਾਉਣਾ ਭਾਂਡੇ ਮਾਂਜਣਾ ਤਾਂ ਫਿਰ ਅਗਰ ਅਸੀਂ ਔਰਤ ਅਗਰ ਇਹ ਕੰਮ ਕਰਦੀ ਸੀਗੀ ਤਾਂ ਉਹਦਾ ਮਤਲਬ ਇਹ ਸੀਗਾ ਕਿ ਆਦਮੀ ਨੂੰ ਇੰਨੀ ਇਨਕਮ ਹੁੰਦੀ ਸੀਗੀ ਕਿ ਉਹ ਖੁਦ ਜੋ ਵੀ ਕਮਾਉਂਦਾ ਸੀ ਉਹਦੇ ਨਾਲ ਪੂਰਾ ਘਰ ਜਿਹੜਾ ਸੀਗਾ ਉਹ ਚੱਲ ਜਾਂਦਾ ਸੀਗਾ ਪਰ ਅੱਜ ਜ਼ਮਾਨਾ ਬਦਲ ਚੁੱਕਿਆ ਹੈ आज ਦੇ ਜ਼ਮਾਨੇ ਦੇ ਵਿੱਚ ਜੋ ਲੋਕ ਸਰਵਿਸ ਕਲਾਸ ਨੇ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਹੀ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਜ਼ਮੀਨਾਂ ਨੇ ਔਰ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਉਪਰੋਂ ਦੀ ਵੀ ਇਨਕਮ ਹੁੰਦੀ ਹੈ ਜਾਂ ਜ਼ਮੀਨਾਂ ਦੀ ਵੀ ਇਨਕਮ ਹੈ ਜਾਂ ਜ਼ਮੀਨਾਂ 'ਤੇ ਲ ਕਰਕੇ ਬਹੁਤ ਜ਼ਿਆਦਾ ਪੈਸਾ ਜਿਨ੍ਹਾਂ ਕੋਲ ਹੈਗਾ ਇਹ ਗੱਲ ਉਹਨਾਂ ਦੀ ਬਿਲਕੁਲ ਨਹੀਂ ਹੈ ਕਿਉਂਕਿ ਉਹ ਕਦੇ ਨਹੀਂ ਬਦਲ ਸਕਦੇ ਔਰ ਮੇਰੀ ਉਸ ਇਸ ਗੱਲ ਨੂੰ ਉਹ ਕਦੇ ਵੀ ਸਮਝ ਨਹੀਂ ਸਕਦੇ ਤਾਂ ਮੇਰੀ ਗੱਲ ਉਹਨਾਂ ਲਈ ਹੈ ਜੋ ਮੇਰੀ ਮੈਨੂੰ ਸਮਝ ਸਕਦੇ ਹੈ ਉਹ ਸਰਵਿਸ ਕਲਾਸ ਲੋਗ ਐਂਡ ਲੋ ਮੀਡੀਅਮ ਕਲਾਸ ਲੋਗ ਤਾਂ ਮੈਂ ਉਹਨਾਂ ਕੋਲ ਪੁੱਛਦੀ ਹਾਂ ਕਿ ਅਗਰ ਕੁੜੀਆਂ ਨੇ ਔਰਤ ਨੇ ਪੰਜਾਬੀ ਔਰਤ ਨੇ ਅਗਰ ਇੰਨੀ ਤਰੱਕੀ ਕੀਤੀ ਹੈ ਔਰ ਸਾਡੇ ਧਰਮ ਨੇ ਸਾਡੇ ਗੁਰੂਆਂ ਨੇ ਅਗਰ ਔਰਤ ਨੂੰ ਇੰਨਾ ਦਰਜਾ ਦਿੱਤਾ ਹੈ ਕਿ ਉਹ ਆਦਮੀ ਦੇ ਇਕੁਅਲ ਹੈ ਔਰ ਉਹ ਪੜ੍ਹ ਲਿਖ ਸਕਦੀ ਹੈ ਉਹ ਕਾਲਜ ਜਾ ਸਕਦੀ ਹੈ ਮੁੰਡਿਆਂ ਦੇ ਬਰਾਬਰ ਦੀ ਪੜ੍ਹਾਈ ਕਰ ਸਕਦੀ ਹੈ ਟੈਕਨੀਕਲ ਸਟੱਡੀਜ਼ NASA ਦੇ ਵਿੱਚ ਵੀ ਔਰਤਾ ਕੰਮ ਕਰ ਰਹੀਆਂ ਨੇ ਮੂਨ ਦੇ ਉੱਪਰ ਸਕਾਈ ਲੈਬ ਦੇ ਵਿੱਚ ਵੀ ਜਾ ਕੇ ਔਰਤਾ ਕੰਮ ਕਰ ਰਹੀਆਂ ਨੇ ता फिर अगर औरत इंजीनियरिंग कर सकती है आर्किटेक्ट कर सकती है डॉक्टर बन सकती है या फिर किसी भी फील्ड से इंजीनियरिंग का काम कर सकती है नर्स बन सकती है सब कुछ बन सकती है तो फिर वो मुंडिया के बराबर खड़ी हो के जॉब कर सकती है एमएनसी जॉब कर सकती है तो वह मुंडिया वाले कपड़े क्यों नहीं पा सकती कुड़िया अगर अज जीन्स पादिया ने या फिर वो ਬਹੁਤ ਹੀ ਜ਼ਿਆਦਾ ਸਟਾਈਲਿਸ਼ ਨੇ ਜਾਂ ਮਾਡਰਨ ਹੋ ਗਈਆਂ ਨੇ ਜਾਂ ਹੋਣਾ ਚਾਹੀਦੀਆਂ ਨੇ ਤਾਂ ਉਹਦੇ 'ਚ ਗਲਤ ਕੀ ਚੀਜ਼ ਹੈ ਅਗਰ ਪੂਰੀ ਬਾਡੀ ਨੂੰ ਕਵਰ ਕਰਕੇ ਤੁਸੀਂ ਘਰ ਦੇ ਵਿੱਚ ਬੈਠ ਕੇ ਗਲਤ ਕੰਮ ਕਰਦੇ ਹੋ ਔਰ ਇੱਕ ਕੁੜੀ ਆਪਣੇ ਆਪ ਦੀ ਰਿਸਪੈਕਟ ਦੇ ਨਾਲ ਆਪਣੀ ਐਜੂਕੇਸ਼ਨ ਦੇ ਹਿਸਾਬ ਨਾਲ ਐਮ ਐਨ ਸੀ ਸਟੈਂਡਰਡ ਦੇ ਹਿਸਾਬ ਨਾਲ ਅਗਰ ਉਹ ਆਫਿਸ ਜਾਂਦੀ ਹੈ ਤਾਂ ਉਹਦੇ 'ਚ ਕੀ ਗਲਤ ਹੈ ਗਲਤੀ ਕੁੜੀਆਂ ਦੇ ਕੱਪੜੇ 'ਚ ਜਾਂ ਪਹਿਰਾਵੇ 'ਚ ਨਹੀਂ ਹੈ ਕਿਉਂਕਿ ਅਗਰ ਤੁਸੀਂ ਹਾਈ ਆਫਿਸ ਦੇ ਵਿੱਚ ਜਾਂ ਐਮ ਐਨ ਸੀ ਦੇ ਵਿੱਚ ਜੌਬ ਕਰਨੀ ਹੈ ਤਾਂ ਉਹਨਾਂ ਦੇ ਇੱਕ ਸਟੈਂਡਰਡ ਹੁੰਦੇ ਆ ਜੋ ਤੁਹਾਨੂੰ ਪਾਸ ਕਰਨੇ ਪੈਂਦੇ ਆ ਜੌਬ ਨੂੰ ਜੌਬ ਦੀ ਤਰ੍ਹਾਂ ਸਮਝਣਾ ਚਾਹੀਦਾ ਕਿਉਂਕਿ ਉੱਥੋਂ ਤੁਹਾਨੂੰ ਪੈਸੇ ਆਉਂਦੇ ਆ ਜਿਹਦੇ ਨਾਲ ਤੁਹਾਡਾ ਘਰ ਚੱਲਦਾ ਹੈ ਅਾ ਤੁਹਾਡੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਤੁਸੀਂ ਰਿਲੀਜੀਅਸ ਕੁਆਲੀਫਾਈਡ ਨਹੀਂ ਹੋ ਤੁਸੀਂ ਅਗਰ ਟੈਕਨੀਕਲ ਕੁਆਲੀਫਾਈਡ ਹੋ ਕਮਰਸ਼ੀਅਲ ਕੁਆਲੀਫਾਈਡ ਹੋ ਜਾਂ ਫਿਰ ਬਿਜ਼ਨਸ ਕੁਆਲੀਫਾਈਡ ਹੋ ਜਾਂ ਫਿਰ ਤੁਸੀਂ ਸਰਵਿਸ ਸੈਕਟਰ ਦੇ ਵਿੱਚ ਹੋ ਜਾਂ ਕਿਸੇ ਵੀ ਇੰਡਸਟਰੀ ਦੇ ਵਿੱਚ ਹੋ ਤਾਂ ਤੁਹਾਡੀ ਸਰਵਿਸੇਸ ਲਈ ਤੁਹਾਨੂੰ ਪੈਸੇ ਦਿੱਤੇ ਜਾਂਦੇ ਨੇ ਅਗਰ ਪੈਸਾ ਕਮਾਣ ਲਈ ਕੁੜੀ ਘਰੋਂ ਬਾਹਰ ਨਿਕਲੀ ਹੈ ਔਰ ਉਸ ਹਿਸਾਬ ਨਾਲ ਉਹਨੇ ਆਪਣਾ ਪਹਿਰਾਵਾ ਚੇਂਜ ਕੀਤਾ ਹੈ ਕਿਉਂਕਿ ਪਹਿਰਾਵਾ ਹੀ ਚੇਂਜ ਹੋਇਆ ਹੈ ਕੁੜੀਆਂ ਦੀ ਮੈਂਟੈਲਿਟੀ ਬਿਲਕੁਲ ਚੇਂਜ ਨਹੀਂ ਹੋਈ ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਪੁਰਾਣੀ ਗੁਲਾਮੀ ਦੀ ਟਾਈਮ ਤੋਂ ਜੋ ਔਰਤਾਂ ਤੇ ਜ਼ੁਲਮ ਹੋ ਰਹੇ ਸੀ ਅੱਜ ਵੀ ਔਰਤਾਂ ਤੇ ਉਹੀ ਜ਼ੁਲਮ ਨੇ ਔਰ ਔਰਤ ਖੁਦ ਜ਼ਿੰਮੇਦਾਰ ਹੈ ਉਹ ਜ਼ੁਲਮ ਸਹਿਣ ਕਰਨ ਲੈ ਕਿਉਂਕਿ ਉਹਨੇ ਆਦਮੀ ਨੂੰ ਅੱਜ ਵੀ ਬਹੁਤ ਹੀ ਉੱਪਰ ਦਾ ਦਰਜਾ ਦਿੱਤਾ ਹੈ ਆਦਮੀ ਆਪਣੀ ਮਰਜ਼ੀ ਨਾਲ ਕੁਝ ਵੀ ਕਰਦਾ ਹੈ ਔਰ ਔਰਤ ਚੁੱਪਚਾਪ ਉਹਨੂੰ ਸਹਿਣ ਕਰਦੀ ਹੈ ਮੇਰੀ ਗਲਤ ਤਾਂ ਪਹਿਰਾਵੇ ਦੇ ਉੱਪਰ ਹੈ ਤਾਂ ਮੈਂ ਪਹਿਰਾਵੇ ਨੂੰ ਹੀ ਪੁਆਇੰਟ ਆਊਟ ਕਰਦੀ ਆਂ ਅਗਰ ਕੁੜੀਆਂ ਮਾਡਰਨ ਹੋ ਗਈਆਂ ਨੇ ਔਰ ਮੁੰਡਿਆਂ ਕੋਲ ਆਪਣੇ ਵਰਡਸ ਤੇ ਆਪਣੀ ਫੀਲਿੰਗ ਤੇ ਕੰਟਰੋਲ ਨਹੀਂ ਹੋ ਰਿਹਾ ਤਾਂ ਉਹਦੇ ਚ ਕੁੜੀਆਂ ਦੀ ਕੀ ਗਲਤੀ ਹੈ ਅੱਜ ਕੁੜੀਆਂ ਐਨਆਰਆਈ ਸਟੇਟਸ ਦੇ ਵਿੱਚ ਬਾਹਰ ਸਟੱਡੀ ਕਰਨ ਲਈ ਜਾ ਰਹੀਆਂ ਨੇ ਔਰ ਜੋ ਕੁੜੀਆਂ ਬਾਹਰ ਆਉਂਦੀਆਂ ਨੇ ਉਹਨਾਂ ਨੂੰ ਮੁੰਡਿਆਂ ਤੋਂ ਵੀ ਬਰਾਬਰ ਤੋਂ ਵੀ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਕਿਉਂਕਿ ਬਾਹਰ ਕੋਈ ਜੈਂਡਰ ਡਿਸਕ੍ਰਿਮੀਨੇਸ਼ਨ ਨਹੀਂ ਹੈਗਾ ਕੁੜੀਆਂ ਨੂੰ ਵੀ ਉਹ ਸਾਰੇ ਕੰਮ ਕਰਨੇ ਪੈਂਦੇ ਨੇ ਉਹਨਾਂ ਦੀ ਵੇਜ ਰੇਟ ਵੀ ਸੇਮ ਹੈ ਜਿੰਨੀ ਮੁੰਡਿਆਂ ਨੂੰ ਮਿਲਦੀ ਹੈ ਤਾਂ ਫਿਰ ਉਸ ਹਿਸਾਬ ਨਾਲ ਕੁੜੀਆਂ ਆਪਣੇ ਆਪ ਨੂੰ ਚੇਂਜ ਕਿਉਂ ਨਹੀਂ ਕਰਨ ਕੋਲੋਂ ਲੰਘ ਰਹੀ ਕੁੜੀ ਨੇ ਅਗਰ ਮਾਡਰਨ ਕਪੜੇ ਪਾਏ ਹੈ ਔਰ ਮੁੰਡੇ ਉਹਨਾਂ ਨੂੰ ਦੇਖ ਕੇ ਵਿਜ਼ਲ ਮਾਰਦੇ ਨੇ ਸੀਟੀਆਂ ਮਾਰਦੇ ਨੇ ਉਹਨਾਂ ਲਈ ਵਲਗਰ ਲੈਂਗੁਏਜ ਯੂਜ਼ ਕਰਦੇ ਨੇ ਜਾਂ ਉਹਨਾਂ ਨੂੰ ਬੁਰੀ ਨਜ਼ਰ ਨਾਲ ਦੇਖਦੇ ਆ ਤਾਂ ਉਹਦੇ ਚ ਕੁੜੀਆਂ ਦੀ ਕੀ ਗਲਤੀ ਹੈ ਇਹ ਤਾਂ ਦੇਖਣ ਵਾਲੇ ਦੀ ਨਜ਼ਰ ਦੇ ਵਿੱਚ ਗਲਤੀ ਹੈ ਕਿ ਤੁਹਾਡਾ ਤੁਹਾਡੇ ਤੇ ਕਿੰਨਾ ਕੰਟਰੋਲ ਹੈ ਤੁਸੀਂ ਇੱਕ ਕੁੜੀ ਨੂੰ ਦੇਖ ਕੇ ਆਪਣੇ ਤੇ ਕੋਈ ਕੰਟਰੋਲ ਨਹੀਂ ਕਰ ਰਹੇ तोड़े अंदर कि हिम्मत है सीखो बइबर ते अंदर ब्लड सीखीदा है तो तीन इन्ने ज़्यादा छोटे हो चुके हो कि कुछ देख के कोई कंट्रोल नहीं है उन्होंने अपनी फीलिंग से अपनी बॉडी अपने वर्ड्स पर थोड़ा कोई कंट्रोल नहीं है कुड़िया ਤੁਹਾਨੂੰ ਨਸ਼ੇ ਕਰਨ ਲਈ ਮਜਬੂਰ ਕਰਦੀਆਂ ਤੁਹਾਨੂੰ ਕੁੜੀਆਂ ਗਲਤ ਕੰਮ ਕਰਨ ਲਈ ਮਜਬੂਰ ਕਰਦੀਆਂ ਤੁਹਾਨੂੰ ਕੁੜੀਆਂ ਹਥਿਆਰ ਚੁੱਕਣ ਲਈ ਮਜਬੂਰ ਕਰਦੀਆਂ ਤੁਹਾਨੂੰ ਕੁੜੀਆਂ ਕਿਡਨੈਪ ਕਰਨ ਲਈ ਮਜਬੂਰ ਕਰਦੀਆਂ ਤੁਹਾਨੂੰ ਕੁੜੀਆਂ ਗੈਂਗ ਰੇਪ ਕਰਨ ਲਈ ਮਜਬੂਰ ਕਰਦੀਆਂ ਤੁਹਾਨੂੰ ਕੁੜੀਆਂ ਹਰ ਚੀਜ਼ ਲਈ ਮਜਬੂਰ ਕਰਦੀਆਂ ਤੁਸੀਂ ਇੰਨੇ ਕਮਜ਼ੋਰ ਹੋ ਮੈਨੂੰ ਇਹ ਜਾਣ ਕੇ ਬਹੁਤ ਹੀ ਦੁੱਖ ਹੋਇਆ ਕਿ ਇੱਕ ਸਿੱਖ ਯੂਥ ਅੱਜ ਇੰਨਾ ਕਮਜ਼ੋਰ ਹੈ ਕਿ ਉਹ ਨਸ਼ਿਆਂ ਦੇ ਬਿਨਾਂ ਨਹੀਂ ਜੀ ਸਕਦਾ ਉਹ ਨਸ਼ੇ ਦੇ ਬਿਨਾਂ ਕੋਈ ਗੱਲ ਨਹੀਂ ਕਰ ਸਕਦਾ ਉਹ ਨਸ਼ੇ ਕਰਕੇ ਜਾਂ ਬਿਨਾਂ ਨਸ਼ੇ ਕਰਕੇ ਵੀ ਅਗਰੇ ਸੋਣੀ ਕੁੜੀ ਸਾਹਮਣੇ ਜਾ ਰਹੀ ਹੈ ਤਾਂ ਉਹਨੂੰ ਟੌਂਟ ਮਾਰਦਾ ਹੈ ਔਰ ਉਹਦੇ ਤੇ ਗਲਤ ਵਰਡ ਯੂਜ਼ ਕਰਦਾ ਹੈ ਉਹਨੂੰ ਟੀਜ਼ਿੰਗ ਕਰਦੇ ਉਹਨੂੰ ਈਵ ਟੀਜ਼ ਕਰਦਾ ਹੈ ਤਾਂ ਮੈਂ ਅੱਜ ਤੁਹਾਡੇ ਸਾਰਿਆਂ ਕੋਲ ਪੁੱਛਦੀ ਹਾਂ ਕਿ ਕਿੰਨੇ ਮਜ਼ਬੂਤ ਹੋ ਤੁਸੀਂ ਤੁਸੀਂ ਹਰ ਪੰਜਾਬ ਦਾ ਹਰ ਮੁੰਡਾ ਜਿਮ ਜਿਮਿੰਗ ਕਰਦਾ ਹੈ ਜਿਮ ਜਾਂਦਾ ਹੈ ਬਾਡੀ ਬਣਾਉਂਦਾ ਹੈ ਸਭ ਕੁਝ ਕਰਦਾ ਹੈ ਕਿਸ ਲਈ ਕਿ ਤੁਸੀਂ ਕੁੜੀਆਂ ਨੂੰ ਤੰਗ ਕਰ ਸਕੋ ਕਿਸ ਲਈ ਕਿ ਤੁਸੀਂ ਕੁੜੀਆਂ ਨੂੰ ਦੇਖ ਕੇ ਆਪਣੇ ਫੀਲਿੰਗ ਤੇ ਕੋਈ ਕੰਟਰੋਲ ਨਾ ਕਰ ਸਕੋ ਅੱਜ ਦਾ ਸਰਦਾਰ ਇੰਨਾ ਕਮਜ਼ੋਰ ਹੋ ਗਿਆ ਕਿ ਕੁਝ ਵੀ ਬੋਲ ਲੇਗਾ ਔਰ ਕੁਝ ਵੀ ਕਰੇਗਾ ਔਰ ਉਹਦੇ ਤੇ ਕੋਈ ਕੰਟਰੋਲ ਨਹੀਂ ਹੋਏਗਾ ਕੁੜੀਆਂ ਲਈ ਜੋ ਵਰਡ ਯੂਜ਼ ਕੀਤੇ ਜਾਂਦੇ ਨੇ ਬਹੁਤ ਹੀ ਸ਼ਰਮਨਾਕ ਨੇ ਅਗਰ ਕੁੜੀਆਂ ਦਾ ਪਹਿਰਾਵਾ ਔਰ ਅਗਰ ਕੁੜੀਆਂ ਦੀ ਬਾਡੀ ਤੁਹਾਨੂੰ ਆਪਣੀ ਰਿਸਪੈਕਟ ਨੂੰ ਖਤਮ ਕਰਨ 'ਚ ਮਜਬੂਰ ਕਰਦੀ ਹੈ ਤਾਂ ਤੁਸੀਂ ਕਿੰਨੇ ਸਟਰੋਂਗ ਹੋ ਤੁਹਾਡਾ ਜਿਮ ਜਾਣ ਦਾ ਕੀ ਫਾਇਦਾ ਹੈ ਤੁਸੀਂ ਹਥਿਆਰ ਲੈ ਕੇ ਫਿਰਦੇ ਹੋ ਉਹਦੇ ਲਈ ਉਹਦੇ ਵਜ੍ਹਾ ਨਾਲ ਤੁਹਾਡੀ ਰਿਪਿਊਟੇਸ਼ਨ ਅੱਜ ਖਰਾਬ ਹੋਈ ਹੋਈ ਹੈ ਤੁਸੀਂ ਕੰਪਲੇਨਟ ਕਰਦੇ ਹੋ ਕਿ ਵਰਲਡ ਤੁਹਾਨੂੰ ਟੈਰਰਿਸਟ ਦੇ ਨਾਮ ਤੋਂ ਜਾਣਦਾ ਹੈ ਪਰ ਮੈਨੂੰ ਦੱਸੋ ਕਿ ਜਿਨ੍ਹਾਂ ਗੁਰੂਆਂ ਨੇ ਦੂਸਰੇ ਧਰਮਾਂ ਨੂੰ ਬਚਾਉਣ ਲਈ ਦੂਸਰੇ ਲੋਕਾਂ ਨੂੰ ਬਚਾਉਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਹੋਣ ਜਿਸ ਕੌਮ ਦੀ ਸ਼ੁਰੂਆਤ ਹੀ ਕੁਰਬਾਨੀ ਤੋਂ ਹੋਈ ਹੋਏ ਉਸ ਕੰਮ ਦੇ ਬੱਚੇ ਅਗਰ ਇਦਾਂ ਦੇ ਕੰਮ ਕਰਦੇ ਨੇ ਤਾਂ ਬਹੁਤ ਹੀ ਸ਼ਰਮ ਦੀ ਗੱਲ ਐ ਅੱਜ ਵੀ ਆਪਣੇ ਅੰਦਰ ਦੇ ਉਸ ਖੂਨ ਨੂੰ ਪੁੱਛੋ ਕਿ ਤੁਸੀਂ ਕੀ ਹੋ ਤੁਹਾਡੀ origin ਕੀ ਹੈ ਤੁਸੀਂ ਕਿਉਂ ਇਸ ਦੁਨੀਆ ਤੇ ਆਏ ਸੀ ਔਰ ਤੁਸੀਂ ਕੀ ਕਰ ਰਹੇ ਹੋ ਮੈਨੂੰ ਬਹੁਤ ਹੀ ਜ਼ਿਆਦਾ ਬੁਰਾ ਲੱਗਿਆ ਮੈਨੂੰ ਬਹੁਤ ਹੀ ਜ਼ਿਆਦਾ ਅਫਸੋਸ ਹੋਇਆ ਤਾਂ ਮੈਨੂੰ ਵੀਡੀਓ ਬਣਾਨੀ ਪਈ ਮੈਨੂੰ ਤੁਹਾਡੇ ਨਾਲ ਇੱਕ ਗੱਲ ਕਰਨੀ ਪਈ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਕਿਸ ਸਾਈਡ ਤੇ ਜਾ ਰਹੇ ਹੋ ਕਿ ਤੁਸੀਂ ਇੰਨੇ ਕਮਜ਼ੋਰ ਹੋ ਤੁਹਾਡਾ ਕੋ ਤੁਹਾਡੇ ਤੇ ਕੋਈ ਕੰਟਰੋਲ ਨਹੀਂ ਜਦ ਤੁਹਾਡਾ ਤੁਹਾਡੇ ਤੇ ਹੀ ਕੋਈ ਕੰਟਰੋਲ ਨਹੀਂ ਤਾਂ ਤੁਹਾਡੇ ਤੇ ਕੋਈ ਵੀ ਰੂਲ ਕਰ ਸਕਦਾ ਹੈ ਤੁਹਾਨੂੰ ਕੋਈ ਵੀ ਕਿਸੇ ਵੀ ਰੂਲ ਦੇ ਵਿੱਚ ਜੇਲ੍ਹਾਂ ਚ ਬੰਦ ਕਰ ਸਕਦਾ ਹੈ ਤੁਹਾਨੂੰ ਕੋਈ ਵੀ ਕੁਝ ਵੀ ਕਰ ਸਕਦਾ ਹੈ ਉਹਦੇ ਚ ਕਿਸੇ ਦੀ ਕੋਈ ਗਲਤੀ ਨਹੀਂ ਕਿਉਂਕਿ ਤੁਹਾਡਾ ਤੁਹਾਡੇ ਤੇ ਕੋਈ ਕੰਟਰੋਲ ਨਹੀਂ ਅਗਰ ਤੁਸੀਂ ਮੇਰੀ ਵੀਡੀਓ ਨੂੰ ਸੁਣ ਕੇ ਅਗਰ ਤੁਹਾਡੇ ਅੰਦਰ ਥੋੜੀ ਜਿਹੀ ਵੀ ਸ਼ਰਮ ਬਾਕੀ ਹੈ ਤਾਂ ਆਪਣੇ ਆਪ ਨੂੰ ਚੇਂਜ ਕਰੋ ਔਰ ਆਪਣੀ ਉਸ ਸਿੱਖੀ ਨੂੰ ਜ਼ਿੰਦਾ ਕਰੋ ਜਿਹਦੇ ਬੇਸ ਤੇ ਅਸੀਂ ਪਛਾਣੇ ਜਾਂਦੇ ਸਿਗੇ ਦੂਸਰੀ ਕੰਟਰੀਆਂ ਦੇ ਵਿੱਚ ਸਿੱਖਾਂ ਨੂੰ ਬੁਲਾਇਆ ਜਾਂਦਾ ਸੀਗਾ ਸਿਕਿਉਰਿਟੀ ਲਈ ਪ੍ਰੈਜ਼ੀਡੈਂਟ ਦੀ ਸਿਕਿਉਰਿਟੀ 'ਚ ਹਰ ਮੁੰਡਾ ਸਿੱਖ ਬੋਡੀਗਾਰਡ, ਬਲੈਕ ਕੈਟ ਕਮਾਂਡੋ ਹੁੰਦੇ ਸੀਗੇ, ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ 'ਚ ਹੁੰਦੇ ਸੀਗੇ, ਹਰ ਵੱਡੀ ਪੋਸਟ ਬ੍ਰਿਗੇਡੀਅਰ, ਮੇਜਰ ਜਨਰਲ ਸਾਰੇ ਸਰਦਾਰ ਹੁੰਦੇ ਸੀਗੇ। ਮੈਨੂੰ ਇੱਕ ਚੀਜ਼ ਦੱਸੋ, ਕਿਉਂ ਨਹੀਂ ਹੋ ਅੱਜ ਉਸ ਪੋਜੀਸ਼ਨ ਤੇ ਜਿਸ ਤੇ ਅਸੀਂ ਹੁੰਦੇ ਸੀਗੇ? ਇਹਦੇ 'ਚ ਕਿਹਦੀ ਗਲਤੀ ਹੈ? ਅਗਰ ਲੋਕ ਤੁਹਾਨੂੰ ਇਹ ਕਹਿੰਦੇ ਆ ਕਿ ਤੁਸੀਂ ਗਲਤ ਹੋ ਤਾਂ ਤੁਸੀਂ ਗਲਤ ਬਣ ਕੇ ਦਿਖਾਓਗੇ ਅਗਰ ਲੋਕ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਨਸ਼ਾ ਕਰੋ ਤਾਂ ਤੁਸੀਂ ਨਸ਼ਾ ਕਰਕੇ ਹੀ ਸੁੰਦਰ ਦਿਖੋਗੇ ਹੈਂਡਸਮ ਲਗੋਗੇ ਨਸ਼ਾ ਕਰਨ ਦੇ ਬਿਨਾ ਵੀ ਵਰਡ ਬੋਲੇ ਜਾਂਦੇ ਨੇ ਨਸ਼ਾ ਕਰਨ ਦੇ ਬਿਨਾ ਵੀ ਰੂਲ ਕੀਤੇ ਜਾਂਦੇ ਨੇ ਤਾਂ ਤੁਸੀਂ ਆਪਣੀ ਸਿੱਖੀ ਨੂੰ ਜਿੰਦਾ ਕਰੋ ਆਪਣੇ ਅੰਦਰ ਜਾਗਰਿਤ ਕਰੋ ਔਰ ਇੱਕ ਅੱਛੇ ਸਿੱਖ ਯੂਥ ਬਣਨ ਦੀ ਕੋਸ਼ਿਸ਼ ਕਰੋ ਅੱਛੇ ਇਨਸਾਨ ਬਣਨ ਦੀ ਕੋਸ਼ਿਸ਼ ਕਰੋ ਮੈਂ ਤੁਹਾਨੂੰ ਇਹ ਨਹੀਂ ਕਹਿ ਰਹੀ ਕਿ ਤੁਸੀਂ ਖਰਾਬ ਇਨਸਾਨ ਹੋ ਮੈਂ ਇਹ ਕਹਿ ਰਹੀ ਹਾਂ ਕਿ ਤੁਸੀਂ ਕਿਸ ਪਾਸੇ ਜਾ ਰਹੇ ਹੋ ਮੈਂ ਤੁਹਾਨੂੰ ਇਹ ਯਾਦ ਕਰਵਾ ਰਹੀ ਹਾਂ ਕਿ ਤੁਸੀਂ ਕੀ ਹੋ ਔਰ ਤੁਸੀਂ ਕੀ ਕਰ ਰਹੇ ਹੋ ਅਗਰ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ ਤਾਂ ਪਲੀਜ਼ ਮੇਰੇ ਇਸ ਮੈਸੇਜ ਨੂੰ ਸੁਣੋ ਔਰ ਸੁਣਾਓ ਲੋਕਾਂ ਨੂੰ ਤਾਂ ਕਿ ਜਿਆਦਾ ਤੋਂ ਜਿਆਦਾ ਮੁੰਡੇ ਆਪਣੇ ਆਪ ਨੂੰ ਚੇਂਜ ਕਰ ਸਕਣ ਮੈਂ ਤੁਹਾਨੂੰ ਚੇਂਜ ਕਰਨ ਵਾਲੀ ਕੋਈ ਨਹੀਂ ਹੁੰਦੀ ਪਰ ਹਾਂ ਜਦੋਂ ਦੁਨੀਆ ਦੇ ਵਿੱਚ ਖੜੇ ਹੋ ਕੇ ਸਾਨੂੰ ਇਹ ਸੁਣਿਆ ਜਾਂਦਾ ਹੈ ਕਿ ਸਿਖੇ ਨੇ ਸਰਦਾਰੇ ਨੇ ਸਰਦਾਰ ਇਦਾਂ ਨੇ ਸਰਦਾਰ ਉਦਾਂ ਤਾਂ ਮੈਨੂੰ ਬਹੁਤ ਬੁਰਾ ਲੱਗਦਾ ਹੈ ਤਾਂ ਮੇਰੇ ਭਰਾਵੋ ਆਪਣੇ ਆਪ ਨੂੰ ਬਦਲੋ ਕਿਉਂਕਿ ਮੈਂ ਵੀ ਤੁਹਾਡੇ ਵਿੱਚੋਂ ਹੀ ਇੱਕ ਹਾਂ ਜੋ ਮੈਂ ਤੁਹਾਨੂੰ ਇਹ ਮੈਸੇਜ ਦੇ ਰਹੀ ਹਾਂ ਕਿਉਂਕਿ ਮੈਨੂੰ ਅੱਛਾ ਨਹੀਂ ਲੱਗਦਾ ਕਿ ਤੁਹਾਡੀ ਇਹ ਪਛਾਣ ਬਣੇ ਇਸ ਕਰਕੇ ਆਪਣੇ ਆਪ ਦੀ ਪਛਾਣ ਬਣਾਓ ਆਪਣੇ ਦਿਮਾਗ ਤੇ ਆਪਣੇ ਸ਼ਰੀਰ ਤੇ ਆਪਣਾ ਕੰਟਰੋਲ ਰੱਖੋ ਕੁੜੀ ਤੱਕੀ ਦੁਨੀਆ ਦੀ ਕੋਈ ਵੀ ਤਾਕਤ ਤੁਹਾਡੇ ਸਾਹਮਣੇ ਆਏ ਤਾਂ ਤੁਹਾਨੂੰ ਆਪਣੀ ਥਿੰਕਿੰਗ ਨੂੰ ਆਪਣੇ ਗ੍ਰੇਡ ਨੂੰ ਗਿਰਨ ਨਹੀਂ ਦੇਣਾ ਚਾਹੀਦਾ ਆਪਣੇ ਆਪ ਦੀ ਉਹ ਮਜ਼ਬੂਤੀ ਵਾਪਸ ਲੈ ਕੇ ਆਓ ਸਤਿ ਸ੍ਰੀ ਅਕਾਲ